ਅਸਲਾਮੁਆਲੇਕੁਮ ਨਾਜ਼ਰੀਨ ਅੱਜ ਸੰਦੀ ਖਿਦਮਤ ਪੇ ਕੇ ਅਸੀਂ ਇੱਕ ਐਪ ਪੇਸ਼ ਕਰਤਾ ਜਿਹੜੀ ਬਹੁਤ ਹੀ ਕਮ ਖਰਚਾ ਔਰ ਬਹੁਤ ਜ਼ਿਆਦਾ ਮਨਾਫਾ ਵਕਸ਼ਾ ਜੀ ਇਹ ਖਾਸ ਕਰਕੇ ਉਹ ਲੋਕਾਂ ਅਸੇ ਜਿਹੜੇ ਲੋਕ ਬਿਲਕੁਲ ਬੇਰੁਜ਼ਗਾਰ ਹੁੰਦੇ ਨੇ ਕੰਮ ਕਾਜ ਕੁਝ ਵੀ ਨਹੀਂ ਕਰਦੇ ਮਮੂਲੀ ਜਿਹਾ ਖਰਚਾ ਇਤਨਾ ਜ਼ਿਆਦਾ ਖਰਚਾ ਵੀ ਨਹੀਂ ਮਿਹਨਤ ਵੀ ਇਤਨੀ ਜ਼ਿਆਦਾ ਨਹੀਂ ਔਰ ਬਹੁਤ ਜ਼ਿਆਦਾ ਯਾਨੀ ਬਹੁਤ ਜ਼ਿਆਦਾ ਮਨਾਫਾ ਔਰ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਜੀ ਇਹ ਲਸਨ ਹੈ ਲਸਨ ਇਸ ਟਾਈਮ ਦਾ ਤਕਰੀਬਨ 300-400 ਰੁਪਏ ਕਿਲੋ ਹੈ ਨਾਰਮਲ ਲਸਨ 400 ਰੁਪਏ ਕਿਲੋ ਹੈ ਪਰ ਤੁਸੀਂ ਜੇਕਰ ਮਮੂ ਇਸ ਤਰ੍ਹਾਂ ਖਰਚੇ ਵੀ ਨਹੀਂ ਹੁੰਦਾ ਰੱਖੀ ਜ਼ਿਆਦਾ ਮੈਨਸ ਵੀ ਰੱਖੀ ਨਹੀਂ ਹਾਂਉ ਜਰਾ ਸੋ ਇਸ ਤੀ ਜੀ ਨਾਜ਼ਰੀਨ ਅੱਜ ਦੀ ਵੀਡੀਓ ਸਪੈਸ਼ਲ ਉਹਨਾਂ ਲੋਕਾਂ ਅਸੇ ਜਿਹੜੇ ਅ ਜਿਹਨਾਂ ਦਾ ਕੋਈ ਰੋਜ਼ਗਾਰ ਨਹੀਂ ਹੁੰਦਾ ਬੇਰੋਜ਼ਗਾਰ ਹੁੰਦੇ ਨੇ ਕਈ ਕਈ ਮਹੀਨੇ ਰੋਜ਼ਗਾਰ ਦੀ ਤਲਾਸ਼ ਵਿੱਚ مختلف ਫੈਕਟਰੀਆਂ ਵਿੱਚ مختلف ਏਰੀਆ ਵਿੱਚ ਫਿਰਦਿਨ ਕੋਈ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਲੋਕਾਂਾਂ ਸੇ ਖਾਸ ਕਰਕੇ ਵੀਡੀਓ ਹੈ ਜੀ ਕਿ ਤੁਸੀਂ ਮਾਮੂਲੀ ਜਿਹਾ ਖਰਚਾ ਜ਼ਿਆਦਾ ਮੁਨਾਫੇ ਵਾਲੀ ਚੀਜ਼ ਹੈ ਤੁਸੀਂ ਘਰ ਵਿੱਚ ਛੋਟੀ ਮੋਟੀ ਸਬਜ਼ੀਆਂ ਲਾ ਕੇ ਨਾ ਤੁਸੀਂ ਦਾ ਨਿਜ਼ਾਮ ਟੁਰਦਾ ਹੈ ਇਹ ਲੈਸਨ ਹੈ ਜੀ ਲੈਸਨ ਇਸ ਜਗ੍ਹਾ ਥੋੜੀ ਜਿਹੀ ਜਗ੍ਹਾ ਜੀ ਸਪੈਚ ਲਗੇ ਦੇ ਇਸ ਤੇ ਟੋਟਲ 600 ਰੁਪਏ ਖਰਚਾ ਆਇਆ ਜੀ ਟੋਟਲ ਇਸ ਜਿਹੜੀ ਕਾਸਟ ਆਈ 600 ਰੁਪਏ ਆਏ ਔਰ ਇਹ ਅਧਾ ਮਰਲਾ ਜਗ੍ਹਾ ਵੀ ਲਗੇ ਦੇ ਤਕਰੀਬਨ ਕਮਸ ਕਮ 1 ਮਣ ਐਵਰੇਜ ਇਸ 1 ਮਣ ਦੇ ਲੈਸਨ ਜਿਸ ਟਾਈਮ ਤਿਆਰ ਹੋ ਗਿਆ ਦੇ 1 ਮਣ ਲੈਸਨ ਹੈ 1 ਮਣ ਲੈਸਨ ਦੀ ਕੀਮਤ ਤਕਰੀਬਨ 15 ਤੋਂ 16 ਹਜ਼ਾਰ ਰੁਪਏ ਇਸ ਟਾਈਮ ਨਾਰਮਲ ਲੈਸਨ ਜਿਹੜਾ ਜੀ 400 ਰੁਪਏ ਕਿਲੋ ਅਸੀਂ ਖਰੀਦ ਕੇ ਬਾਜ਼ਾਰ ਵਿੱਚ ਚੌਣ ਕੇ ਇਸਤੇਮਾਲ ਕਰਨੇ ਆ ਕਿਉਂਕਿ ਇਸ ਤੋਂ ਬਿਨਾਂ ਤਾਂ ਗੁਜ਼ਾਰਾ ਹੁੰਦਾ ਨਹੀਂ ਅਸੀਂ ਪਰਵੰਡ ਇਸਤੇਮਾਲ ਕਰਨਾ ਹੁੰਦੇ ਪਰ ਮਾਮੂਲੀ ਖਰਚੇ ਤੇ ਜੀ ਜ਼ਿਆਦਾ ਮੁਨਾਫੇ ਲਈ ਚੀਜ਼ ਹੈ ਅਗਰ ਅਸੀਂ ਥੋੜੀ ਜੀ ਮਿਹਨਤ ਕਰਾਂ ਇਸ ਤੇ ਕੋਈ ਖਾਦ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ ਨਾਰਮਲ ਜਿਹਾ ਖਰਚਾ ਹੁੰਦਾ ਤੁਸੀਂ ਮਾਮੂਲੀ ਖਰਚਾ ਸਿਰਫ ਸ਼ੁਰੂ ਵਿੱਚ ਤੁਸੀਂ ਥੋੜਾ ਬਹੁਤ ਖਰੀਦ ਕੇ ਆੜ ਕੇ ਲਾਣਾ ਹੁੰਦਾ ਮਿਹਨਤ ਕਰਨੀ ਹੁੰਦੀ ਹੈ ਸਿਰਫ ਮਿਹਨਤ ਦੀ ਜ਼ਰੂਰਤ ਹੈ ਔਰ ਖਾਸ ਕਰ ਉਹ ਲੋਕ ਕਿ ਜਿਹੜੇ ਮਹਿੰਗਾਈ ਦੇ ਦੌਰ ਵਿੱਚ ਕਈ ਕਈ ਮਹੀਨੇ ਤੱਕ ਰੋਜ਼ਗਾਰ ਨਹੀਂ ਮਿਲਦਾ ਔਰ ਜਦੋਂ ਕੋਈ ਰੋਜ਼ਗਾਰ ਮਿਲਦਾ ਹੈ ਤਾਂ ਇਤਨਾ ਜ਼ਿਆਦਾ ਕਰਜ਼ਾ ਹੋ ਜਾਂਦਾ ਹੈ ਕਿ ਅਗਲੇ 6 ਮਹੀਨੇ ਤੱਕ ਉਹ ਕਰਜ਼ ਵੀ ਨਹੀਂ ਲਾ ਲਖਤੇ ਜੀ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਹੈ ਹਰ ਚੀਜ਼ ਮਹਿੰਗੀ ਹੈ ਤੇ ਅਸਾਂ ਇਸ ਪਾਸੇ ਤਵਜੂਹ ਨਾ ਦੇਂਦੇ अगर असी थोड़ी बहुत मेहनत करें इस पास तवजो देवें तो यह बिल्कुल नॉर्मल खर्चे मुनाफा, में मुनाफा अभी अपनी मजदूरी कर रखते हैं अगर इस त्रै महीने का टोटल टाइम है जी त्रै महीने फसल तैयार हो जाती है त्रै महीने अगर पंद्रह सोलह हज़ार रुपया एक बंद घर बैठे दें बगैर किसी मेहनत अगर मिलता है तो मेहनत होना बहुत बड़ी चीज़ है बेरोज़गारी असू खुद बढ़ाई दी है महंगाई ठीक है लेकिन महंगाई का तौड़ भी है कि अगर क्रामी चीज़ इस्तेमाल करते हैं तो मामूरी जी जगह पर लगती है कोई इतना जरूरत नहीं पी जगह की मामूरी जगह बच्चे अगर सब्जियां लाने ਛੋਟੀਆਂ-ਮੋਟੀਆਂ ਸਬਜ਼ੀਆਂ ਲਾ ਲੈਣੀਆਂ ਸਬਜ਼ੀ ਇਸ ਟਾਈਮ ਘਰ ਦੀ ਐਮ ਜ਼ਰੂਰ ਤੇ ਰੋਜ਼ਾਨਾ ਜਿਸ ਘਰ ਵਿੱਚੋਂ ਪੰਜ ਤੋਂ 6 ਲੋਕ ਨੇ ਉਸ ਦਾ ਕਮ ਸਕਮ ਨਾਰਮਲ ਖਰਚਾ 300 ਰੁਪਏ ਦੇ ਸਬਜ਼ੀ ਦਾ ਇਹ ਸਰਸੋਂ ਦੀ ਇਸ ਟਾਈਮ ਤਾਂ 800 ਰੁਪਏ ਕਿਲੋ ਤੇਲ ਇਸ ਤੋਂ ਮਿਲਦੇ ਵੀ ਉਹ ਵੀ ਅਸਲ ਨਹੀਂ ਹੁੰਦਾ ਉਸ ਵਿੱਚ ਵੀ ਮਿਲ ਆਊਟ ਹੁੰਦੀ ਹੈ ਇਹ ਥੋੜੀ ਜਿਹੀ ਜਗ੍ਹਾ ਵਿੱਚ ਕਮ ਸਕਮ ਡੈਡ 2 ਕਿਲੋ ਇਸ ਵਿੱਚ ਜੋ ਤੇਲ ਨਿਕਲਦੇ ਔਰ ਇਹ ਵੀ ਮੂਲੀਆਂ ਦਾ ਵੀ ਹੈ ਜੀ ਮੂਲੀਆਂ ਦਾ ਵੀ ਅਗਰ ਤੁਸੀਂ ਥੋੜੀ ਮਿਹਨਤ ਕਰਦੇ ਆ ਆਪਣੇ ਲਗੇਦੇ ਇਸੀ ਕੇ ਅਗਰ ਤੁਸੀਂ ਦੁਬਾਰਾ ਲਾਗਤੇ ਹੋ ਤੁਸੀਂ ਖਰੀਦਣ ਦੀ ਜ਼ਰੂਰਤ ਕਿੰਨੀ ਪੈਂਦੀ ਇਹ ਮੂਲੀਆ ਦਾ ਵੀ ਹੈ ਜੀ ਆਪਣਾ ਦੇਸੀ ਵੀ ਹੈ ਦੇਸੀ ਚੀਜ਼ ਔਰ ਬਾਜ਼ਾਰ ਦੀ ਚੀਜ਼ 'ਤੇ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਬਹੁਤ بڑا ਫਰਕ ਹੁੰਦਾ ਜੀ ਖਾਸ ਕਰ ਮੇਰੀਨ ਲੋਕਾਂ ਕੀ ਗੁਜ਼ਾਰਿਸ਼ ਹੈ ਕਿ ਜਿਹੜੇ ਲੋਕ ਬੇਰੁਜ਼ਗਾਰ ਹਨ ਅਤਤੇ ਹੱਥ ਰਕੇ ਤੇ ਬੈਠੇ ਰਹਿੰਦੇ ਹੁੰਦੇ ਨੇ ਰੋਜ਼ਗਾਰ ਦੀ ਤਲਾਸ਼ 'ਚ ਹੁੰਦੇ ਨੇ ਕਈ ਕਈ ਮਹੀਨੇ ਤੱਕ ਉਹਨਾਂ ਲੋਕਾਂ 'ਗੇ ਗੁਜ਼ਾਰਿਸ਼ ਹੈ ਕਿ ਮਿਹਰਬਾਨੀ ਕਰਕੇ ਆਪਣਾ ਟਾਈਮ ਜ਼ਾਇਆ ਨਾ ਕਰੋ ਛੋਟੀ ਮੋਟੀ ਇਸ ਮਿਹਨਗਾਈ ਦੇ ਦੌਰ 'ਵੀ ਤੁਸੀਂ ਅਗਰ ਕੋਈ ਵੀ ਸਬਜ਼ੀ ਲਾ ਕੇਂ ਦਿਓ ਤਾਂ ਕਰਦੀ ਜ਼ਰੂਰਤ ਕਮਸਕਮ ਤੁਸਾਂ ਦੀ ਸਬਜ਼ੀ ਪੂਰੀ ਕਰਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਲਸਣ ਹੈ ਥੋੜੀ ਜਿਹੀ ਜਗ੍ਹਾ ਤੇ ਲਗੇ ਤੇ ਕਮਸਕਮ ਇੱਕ ਮਨ ਐਵਰੇਜਿਸ ਦੀ ਇੱਕ ਮਨ ਤਿਆਰ ਹੋ ਗਏ ਇੱਕ ਮਨ ਲਸਣ ਦੇ ਆ ਤਾਂ ਮਤਲਬ ਜਗ੍ਹਾ ਤੇ ਲਗੇ ਤੇ ਕੁਝ ਜਗ੍ਹਾ ਇਤਨੀ ਜ਼ਿਆਦਾ ਨੀਅਸ ਤੇ ਕੋਈ ਖਾਦ ਨਹੀਂ ਪਾਈ ਦੀ ਕੁਝ ਵੀ ਨਹੀਂ ਕੀਤਾ ਦਾ ਦੇਸੀ ਸਰਵ ਗੋਬਰ استعمال ਕੀਤਾ ਦੀ ਥੋੜਾ ਟਾਈਮ ਚਾਹੀਦਾ ਹੁੰਦਾ ਉਸਾ ਸਿਰ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਵੀ ਇਤਨੀ ਜ਼ਿਆਦਾ ਨਹੀਂ ਕਰਨੀ ਪੈਂਦੀ ਜਿੰਨੀ ਅਸੀਂ ਕਿਸੇ ਜਗ੍ਹਾ ਵਿੱਚ ਕਿਸੇ ਫੈਕਟਰੀ ਵਿੱਚ 12 ਘੰਟੇ ਕੰਮ ਕਰਦੇ ਹਾਂ ਬਜਾਏ ਉਸਦੇ 8 ਘੰਟੇ ਦਾ ਟੋਟਲ ਕੰਮ ਹੈ ਜੀ ਲਸਣ ਹੈ ਜੀ ਥੋੜੀ ਜਗ੍ਹਾ ਵੀ ਲਗੇ ਤੇ ਲਸਣ ਬਿਹਤਰੀਨ ਕੁਆਲਟੀ ਦਾ ਉਸਤਾਜ ਜ਼ੈਕਾ ਬਾਜ਼ਾਰ ਦੇ ਲਸਣ ਕੋ ਰ ਉਸ ਤੇ ਕਿਸ ਜ਼ੈਕੇ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਜਿਸ ਜ਼ੈਕੇ ਵਿੱਚ ਇਸਦੀ ਕੁਆਲਟੀ ਵਿੱਚ ਜੇ ਆ ਕੇ ਪਾਲਕ ਲਗੇ ਦੀ ਜੀ ਇਸ ਪਾਲਕ ਜਿਹੜੀ ਲਗੇ ਦੀ ਹੈ ਇਸ ਪਾਲਕ ਤੇ ਸਿਰਫ 20 ਰੁਪਏ ਖਰਚ ਆਏ ਤੇ ਜੀ ਇੱਕ ਛੋਟਾ ਜਿਹਾ ਪੈਕੇਟ ਹੁੰਦਾ ਮਿਲਦਾ ਜੀ ਇਸ ਦਾ 20 ਰੁਪਏ ਦਾ ਇੱਕ ਪੈਕੇਟ ਮਿਲਦਾ ਹੈ ਲਗੇ ਤੇ ਉਹ ਡੇਲੀ ਅਗਰ ਤੁਸੀਂ 50 ਰੁਪਏ ਦੀ ਐਵਰੇਜ ਲਾ ਕੇ ਨੋ 50 ਰੁਪਏ ਦੀ ਅਗਰ ਪਾਲਕ ਮਿਲਦੀ ਹੈ 20 ਰੁਪਏ ਤੋਂ ਮੈਂ ਸਮਝਦਾ ਕਿ ਇਸ ਕੋਲ ਹੋਰ ਬੜੀ ਕੋਈ ਮੁਨਾਫੇ ਵਾਲੀ ਚੀਜ਼ ਕੋਈ ਨਹੀਂ ਹੁੰਦੀ ਇਹ ਤਨੀਆ ਲਗੇ ਦੀ ਹੈ ਜੀ ਤਨੀਆ ਵੀ ਤਕਰੀਬਨ ਇਸੇ ਹੀ ਪੋਜੀਸ਼ਨ ਹੈ ਜੀ ਵੀ ਇੱਕ ਛੋਟਾ ਜਿਹਾ ਪੈਕੇਟ ਲਗੇ ਤੇ ਇਹ ਐਵਰੇਜ ਨਾਲ ਡੇਲੀ ਇਸਤੇਮਾਲ ਹੁੰਦੀ ਹੈ ਔਰ ਉਸ ਦੇ ਬਾਵਜੂਦ ਜੀ ਇੱਕ ਦਿਨ ਤੁਸੀਂ ਅਗਰ ਇਸ ਤੋਂ ਕਰਦੇ ਹੋ ਜਿਸ ਟਿਕਾ ਤਾਂ ਤੁਸੀਂ ਇੱਕ ਦਿਨ ਇਸ ਦੀ ਕਟਾਈ ਕਰਦੇ ਹੋ ਦੋ ਦਿਨ ਬਾਅਦ ਉਹ ਜਗਾ ਬਈ ਫਿਰ ਬਰਾਬਰ ਹੋ ਜਲਦੀ تیار ਹੋ ਜਲਦੀ ਇਹ ਪਾਲਕ ਤਨੀਆ ਮੇਥੀ ਇਸ ਤਰ੍ਹਾਂ ਦੀ ਇਹ ਉਹ ਫਸਲ ਹੈ ਜਿਹੜੀ ਪਰਮਨੈਂਟ ਚਲਦੀ ਹੈ ਇਸ ਵਿੱਚ ਕੋਈ ਇਸ ਟਾਈਮ ਨਹੀਂ ਕੋਈ ਸੀਜ਼ਨ ਨਹੀਂ ਗਰਮੀਆਂ ਸਰਦੀਆਂ ਜਾਂ ਕੋਈ ਸੀਜ਼ਨ ਨਹੀਂ ਤੁਸੀਂ 24 ਘੰਟੇ 12 ਮਹੀਨੇ ਤੁਸੀਂ ਲਾਗਦੇ ਹੋ ਸਿਰਫ ਥੋੜੀ ਮਿਹਨਤ ਦੀ ਜ਼ਰੂਰਤ ਪੈਂਦੀ ਹੈ ਜਾਨ ਮਾਰਨ ਦੀ ਜ਼ਰੂਰਤ ਪੈਂਦੀ ਹੈ ਤੇ ਉਮੀਦ ਹੈ ਜੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਸੀ ਅਗਰ ਵੀਡੀਓ ਤੁਹਾਨੂੰ ਅੱਛੀ ਲੱਗੀ ਹੈ ਤੇ ਕਮੈਂਟ ਵਿੱਚ ਆਪਣੇ ਹਲਾਤ ਤੈਜ਼ਾਰ ਵੀ ਕਰਿਓ ਜੀ ਬਹੁਤ ਸ਼ੁਕਰੀਆ